ਸਿੱਖਾਂ ਬੇ ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰ ਕਾ ਬਿਲਕੁਲ ਠੀਕ ਹੋਵੋਗੇ ਤੇ ਰਾਜੀ ਅੱਜ ਤੁਹਾਡੇ ਵਾਸਤੇ ਇੱਕ ਬਹੁਤ ਜ਼ਰੂਰੀ ਅਪਡੇਟ ਲੈ ਕੇ ਆਪਰੇਡੇ ਕੀ ਤੁਹਾਨੂੰ ਮੈਂ ਦੱਸਿਆ ਸੀ ਨਾ ਕਿ ਪੰਜਾਬ ਦੇ ਵਿੱਚ ਦੀ ਸਰਕਾਰੀ ਨੌਕਰੀ ਆਪਾਂ ਕੋਈ ਵੀ ਲੈਣੀ ਹੈ ਹੁਣ ਗਰੁੱਪ ਸੀਰੀਆ ਭਰਤੀ ਲਈ ਨਵਾਂ ਇੱਕ ਪੰਜਾਬੀ ਦਾ ਪੇਪਰ ਹੋਣ ਜਾ ਰਿਹਾ ਹੈਗਾ ਹੈ ਨਾ ਤਾਂ ਉਹਦੇ ਸਬੰਧੀ ਪੇਪਰ ਦਾ ਤੁਹਾਨੂੰ ਮੈਂ ਕਿਹਾ ਸੀ ਕਿ ਸਲੇਬ ਸੇ ਉਹਨੇ 2 ਤੋਂ 3 ਦਿਨਾਂ ਦੇ ਵਿੱਚ ਅਪਲੋਡ ਕਰ ਦੇਣਾ ਕਰ ਦੇਣਾਗਾ ਤੇ ਸੋ ਜਿਹੜੇ ਸਲੇਬ ਸਾ ਜਿਹੜਾ ਉਹ ਅਪਲੋਡ ਕਰ ਦਿੱਤਾ ਗਿਆਗਾ ਬਿਲਕੁਲ ਵੀ ਕਵਰ ਹੋਣ ਵਾਲੀ ਗੱਲ ਹੈ ਨਹੀਂ 1% ਵੀ ਜਿੱਦਾਂ ਨੇ ਹੂਆ ਬਣਾਇਆ ਹੋਇਆ ਸੀ ਕਿ ਪੰਜਾਬੀ ਦਾ ਪੇਪਰ ਆਏ ਹੋਊਗਾ ਤੇ ਕਹੂਗਾ ਅਮ ਕਹੂਗਾ ਕੁਝ ਵੀ ਇਹ ਜੀ ਚੀਜ਼ ਨਹੀਂ ਹੈਗੀ ਨੋਰਮਲ ਬੱਚਾ ਪਾਸ ਹੋ ਸਕਦਾਗਾ ਜਿਹਨਾਂ ਨੇ ਕਰਨਾ ਸੀ ਤਾਂ ਕੋਈ ਹੋਰ ਚੱਜ ਦਾ ਕੰਮ ਕਰਦਾ ਸੀ ਪੰਜਾਬ ਸਰਕਾਰ ਦੇ ਜਾਂ ਤਾਂ ਇਹਨਾਂ ਨੇ ਕਰਨਾ ਸੀ ਡੋਮਿਸਾਈਲ ਲਾਗੂ ਰਾਇ ਜੀ ਠੀਕ ਹੈ ਜਾਂ ਦੇ ਤਾਂ ਹੱਕ ਮੰਨਦਾ ਸੀ ਕਿ ਡੋਮਿਸਾਈਲ ਲਾਗੂ ਕਰਨ ਦਾ ਠੀਕ ਹੈ ਕਿ ਡੋਮਿਸਾਈਲ ਹੋਵੇ ਪੰਜਾਬ ਦਾ ਜਾਂ ਇਹਨਾਂ ਨੇ ਕਰਨਾ ਸੀ ਆਦਰ ਸਟੇਟ ਦਾ ਕੋਟਾ ਆਦਰ ਸਟੇਟ ਦਾ ਕੋਰਟ ਇਹਨੇ 5% ਰੱਖ ਦੇਣਾ ਸੀ ਉਹ ਕੰਮ ਕਰਦਾ ਸੀ ਜਾਇਨੇ ਡੋਮਿਸਲ ਲਾਜ਼ਮੀ ਕਰਨਾ ਸੀ ਤਾਂ ਇਹ ਜਿਹੜਾ ਪੰਜਾਬੀ ਦਾ ਸਲੇਵਸ ਜਿਹਨਾਂ ਨੂੰ ਮਿੰਤੋਂ ਕੋਈ ਲੱਗਦਾ ਨਹੀਂ ਕਿ 1921 ਦਾ ਵੀ ਕੋਈ ਫਰਕ ਪੈਣਾ ਬਸ ਇਹਨਾਂ ਨੇ ਇਹ ਹੈ ਕਿ ਬੱਚਿਆਂ ਨੂੰ ਥੋੜਾ ਤੰਗ ਪਰੇਸ਼ਾਨ ਹੋਰ ਕਰ ਲੜਗੇ ਕਿਉਂਕਿ ਪਹਿਲਾਂ ਆਪਾਂ ਥੋੜੇ ਜਿਹਾ ਘੱਟ ਹੋ ਰਹੇ ਸੀ ਤੇ ਹੁਣ ਸਰਕਾਰ ਨੇ ਅਖਾ ਥੋੜਾ ਮੁੱਟਾ ਨੂੰ ਵੱਧ ਕਰ ਦਿੱਤੀ ਬਸ ਆ ਚੱਕਰਪੈੜਾ ਕੋਈ ਰੇ ਤੋਕ ਵਾਲੀ ਗੱਲ ਨਹੀਂ ਬਣਦੀ ਇਹਦੇ ਚ ਕੁਝ ਵੀ ਥੋੜੇ ਸਾਹਮਣੇ ਸੋ ਸਲੇਵਸ ਦਿਖਾਉਣਾਗਾ ਠੀਕ ਹੈ ਪੰਜਾਬ ਦੇ ਹਰ ਪੇਪਰ ਦੀ ਵਧੀਆ ਤਿਆਰੀ ਲਈ ਆਪਣੇ ਚੰਦੜਾ ਜੁੜੇ ਰਹੋ राजे ਸਰਦ ਸਲੇਪਸ ਤੁਸੀਂ ਕਿੱਥੋਂ ਤਿਆਰ ਕਰ ਸਕਦੇ ਹੋ ਕਿੰਦੇ ਸਮੇਂ ਵਿੱਚ ਕਰ ਸਕਦੇ ਹੋ ਕਿੰਦੇ ਨੰਬਰ ਦਾ ਪੇਪਰ ਹੋਵੇਗਾ ਕਿੰਦੇ ਪ੍ਰੈਸ਼ਨ ਹੋਣਗੇ ਸਭ ਸਭ ਜੋ ਪੰਜਾਬ ਵਿੱਚ ਗਰੁੱਪ 3 ਦੀ ਹਰ ਭਰਤੀ ਲਈ ਦੇਣਾ ਪਵੇਗਾ ਪੇਪਰ ਠੀਕ ਹੈ ਚਲਦੇ ਆਪਾਂ ਨੋਟ ਨੋਟ ਆਹ ਤਾਰਾ ਜੀ ਨੋਟਸ ਹੈ ਜਿੰਨੇ ਦਾ ਪੇਪਰ ਹੋਣਾ ਸੋ ਦੱਸਿਆ ਸੀਗਾ ਕੁਆਲੀਫਾਈ ਨੇਚਰ ਹੀ ਇਹ ਕੋਈ ਦਸੀ ਦਾ ਕੋਈ ਤੋਕਾ ਵਾਲੀ ਗੱਲ ਕੁਝ ਨਹੀਂ ਨਿਬੜਨ ਦੇ ਦਾ ਵਿੱਚੋਂ ਬਸ ਸਰਕਾਰ ਦੇ ਕੰਮ ਲਗਾ ਬਸ ਯਰ ਕੀ ਕਹਾ ਹੁਣ ਮੈਂ 26 ਜਨਵਰੀ ਨੂੰ ਜਿਹੜਾ ਪੇਪਰ ਹੋਣਾ ਸੀ ਕੀ ਸਬਜੈਕਟ ਕੀ ਹੋਊਗਾ राजे ਜਿਹਦੇ ਕੁੱਲ 50 ਪ੍ਰਸ਼ਨ ਹੋਣਗੇ, objectivity type ਹੋਣਗੇ। ਹਰੇਕ ਪ੍ਰਸ਼ਨ ਇੱਕ-ਇੱਕ ਨੰਬਰ ਦਾ ਹੋਵੇਗਾ। ਇੱਕ ਪ੍ਰੀਖਿਆ ਦਾ ਕੁੱਲ ਸਮਾਂ 50 ਦਾ 50 ਮਿੰਟ ਦਾ ਹੋਵੇਗਾ। 50 ਪ੍ਰਸ਼ਨ ਹੀ ਹੋਣਗੇ ਭਾਈ ਸਾਹਿਬ। 50 ਨੰਬਰਾਂ ਦਾ ਪੇਪਰ ਹੋਊਗਾ। ਕਹਿਦਾ ਬੰਦਾ ਜਿਵੇਂ ਕਹਿੰਦੇ 150 ਨੰਬਰ ਦਾ ਪੇਪਰ ਹੋਊਗਾ ਇਹ ਜਿਵੇਂ ਕੁਝ ਨਹੀਂ ਹੋਣੀ। 150 ਨੰਬਰ ਹਾਂ ਇਦਾਂ ਹੋ ਸਕਦਾ ਕਿ ਆਪਣਾ ਸਲੇਪਸ 100 ਨੰਬਰਾਂ ਦਾ ਕਰ ਦੇਣ। 50 ਨੰਬਰੇ ਜੋੜ ਕੇ 150 ਨੰਬਰ ਬਣਾ ਦੇਣ। ਪਰ ਉਹਦੇ ਬਾਰੇ ਹਜੇ ਕੋਈ ਅਪਡੇਟ ਹੈ ਨਹੀਂ। 50 ਨੰਬਰਾਂ ਦਾ ਪੇਪਰ ਹੀ ਹੋਊਗਾ। 네ਗੇਟਿਵ ਮਾਰਕਿੰਗ ਵੀ ਇਹਦੇ ਵਿੱਚ ਕੋਈ ਨਹੀਂ ਹੈਗੀ। ਠੀਕ ਹੈ। ਜਿਵੇਂ ਮਰਜ਼ੀ ਚ ਪਾਬੇ ਵੀ ਜੇ ਬੰਦ ਨੂੰ ਘੱਟੋ ਘੱਟ 25 ਅੰਕ ਆਉਣ ਠੀਕ ਹੈ ਇਹ ਕੋਈ ਤੋਗਾਲੀ ਗੱਲ ਹੈ ਯਾਰ ਮੈਂ ਤੂੰ ਦੱਸੀ ਜਦਾਂ ਕਿ ਬਸ ਮੁੰਡਿਆਂ ਨੂੰ ਤੰਗ ਕਰਦੇ ਨੇ ਇਹਨਾਂ ਦੇ ਇੱਕ ਜਾਂ ਸਲੇਵਸ ਸਰ ਆ ਜੀ ਸਾਰਾ ਕੀ ਹੈ ਸਲੇਵਸ ਗੁਰਨਾਨਕ ਦੇਵ ਜੀ ਬਾਰੇ ਆਪਾਂ ਸ਼ੁਰੂ ਤੋਂ ਪੜਦੇ ਆ ਰਹੇ ਹਾਂ ਸ੍ਰੀ ਗੁਰੂ ਅੰਗਦ ਦੇਵ ਜੀ ਬਾਰੇ ਪੜਦੇ ਆ ਰਹੇ ਹਾਂ ਆਮਦਾ ਜੀ ਬਾਰੇ ਸ੍ਰੀ ਗੁਰੂ ਅਰਜਨ ਦੇਵ ਜੀ ਬਾਰੇ ਗੁਰੂ ਤੇਗ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਇਹਨਾਂ ਬਾਰੇ ਆਪਾਂ ਨੂੰ ਪਤਾ ਹੈਗਾ ਠੀਕ ਹੈ ਇਹ ਸਲੇਵਸ ਹੈ ਇਹ ਸਲੇਵਸ ਹਰੇਕ ਬੱਚੇ ਦਾ ਕਵਰ ਕੀਤਾ ਹੋਇਆ ਹੈ ਵਿਰੋਧੀ ਸ਼ਬਦ ਹੁਣ ਤੱਕ ਆਪਾਂ ਪੜਦੇ ਹੋਣੇ ਆ ਵਿਰੋ ਉਸ ਬਦਾ ਦਾ ਕਿ ਸ਼ਬਦ ਹੁੰਦੇ ਆ ਠੀਕ ਹੈ ਗੁੜੀਆਂ ਕਹਿੰਦੇ ਆ ਆ ਸ਼ਬਦ ਨੇ ਮਹਾਵਰੇ ਵੀ ਆਪਾਂ ਪੜਦੇ ਆ ਅਖਾਣ ਵੀ ਪੜਦੇ ਆ ਸ਼ਬਦਾਂ ਦੇ ਭੇਦ ਹੋਗੇ ਅਗੇਤਰ ਪਛੇਤਰ ਹੋਗੇ ਠੀਕ ਹੈ ਇਹ ਵੀ ਇਹ ਪੰਜਾਬੀ ਲੈਂਗੁਏਜ ਦਾ ਸਲੇਵਸ ਹੀ ਪਤਾ ਇਹਨਾਂ ਨੇ ਮੈਨੂੰ ਇਹ ਸੀ ਕਿਤੇ ਇਲੈਕਟਿਵ ਦਾ ਨਾਮ ਪਾਉਣਾ ਇਹ ਪਰ ਕੋਈ ਏਡੇ ਚੱਕਰ ਵਾਲੀ ਗੱਲ ਨਹੀਂ ਬਿਸ਼ਰਾਮ ਚੰਨ 8ਵੀਂ ਦਾ ਸਲੇਵਸ ਆ ਬਿਸ਼ਰਾਮ ਚੰਨ ਠੀਕ ਹੈ ਵਾਕਾਂ ਨੂੰ ਸ਼ੁੱਧ ਰੂਪ ਦੇ ਵਿੱਚ ਲਿਖਣਾ ਇਹ ਵੀ ਤੁਸੀਂ ਲਿਖ ਦੋਗੇ ਠੀਕ ਹੈ ਤੇ ਅੰਗਰੇਜ਼ੀ ਸ਼ਬਦਾਂ ਨੂੰ ਪੰਜਾਬੀ ਦੇ ਸ਼ੁੱਧ ਰੂਪ ਦੇ ਵਿੱਚ ਲਿਖਣਾ ਜਿਹੜੇ ਅੰਕ ਹੁੰਦੇ ਜਿਵੇਂ ਗੁਰਮੁਖੀ ਲਿਪੀ ਹੁੰਦੀ ਹੈ ਹੋਗੇ ਹੋ ਪੰਜਾਬੀ ਭਾਸ਼ਾ ਦਾ ਸਬੰਧਨ ਪੰਜਾਬੀ ਭਾਸ਼ਾ ਉਹ ਜਿਹੜੀ ਪੰਜਾਬੀ ਭਾਸ਼ਾ ਆ ਪੇਪਰ ਦੀ ਤਿਆਰੀ ਵਾਸਤੇ ਪੜ੍ਹਦੇ ਆ ਉਹ ਚੀਜ਼ ਹੋਗੀ ਪੰਜਾਬ ਦੇ ਇਤਿਹਾਸ ਨਾਲ ਸੰਬੰਧਨ ਪੰਜਾਬ ਜੀ ਦੇ ਡਿਪ੍ਰੈਸ਼ਨ ਬਾਦਲ ਦੇ ਵਿੱਚ ਇਹਦੇ ਠੀਕ ਹੈ ਪੰਜਾਬ ਦੇ ਸੱਭਿਆਚਾਰ ਨਾਲ ਕਹਿੰਦਾ ਮਤਲਬ ਕਿ ਰਾਜੇ ਇਹ ਸਾਰਾ ਸਲੇਵਸ ਤੁਹਾਡਾ ਓਨਲੀ ਕਵਰ ਹੋ ਚੁੱਕਿਆਗਾ ਪੰਜਾਬੀ ਦੀ ਭਾਸ਼ਾ ਜਿਹੜਾ ਪੰਜਾਬੀ ਆਪਣੀ 15ਤੋਂ ਬਰੀ ਪੰਜਾਬੀ ਉਹਦੀ ਉਹਦਾ ਸਲੇਵਸ ਪਾਤਾ ਅੱਧਾ ਪਲੱਸ ਵਿੱਚ ਦੇ ਪੰਜਾਬ ਜੀ ਕੇ ਥੋੜੀ ਜਿਹੀ ਮਿਕਸ ਕਰਤੀ ਬਾਸ ਆ ਕੁਛ ਕੀਤਾ ਡੱਕੇ ਨਹੀਂ ਕੀਤਾ ਠੀਕ ਹੈ ਬਸ ਇੱਕ ਤੰਗ ਪਰੇਸ਼ਾਨ ਕਰਨ ਵਾਸਤੇ ਇਹ ਘਟੀਆਂ ਜੇ ਕੰਮ ਕਰੀਏ ਤੇ ਵੀ ਫਿਰ ਮੈਨੂੰ ਕੁਝ ਜਿਹੜੀ ਗੱਲ ਸਹੀ ਹੈ ਉਹ ਸਹੀ ਹੈ ਠੀਕ ਹੈ ਜਿਹੜਾ ਕੰਪਨੀ ਚੀਤਾਂ ਦੇ ਕਰਨੀ ਨਹੀਂ ਡੋਬੀ ਸੈ ਲਾਗੂ ਕਰਨ ਵਾਸਤੇ ਕਹੀ ਜਾਂਦੇ ਡੋਬੀ ਸੈ ਲੀ ਲਾਗੂ ਕਰਨ ਕਿ ਭਾਈ ਦੂਜੇ ਆਦਰ ਸਟੇਟਾਂ ਤੋਂ ਆਪ ਇਹ ਨਹੀਂ ਕਰੀ ਹ ਅਦਰ ਸਟੇਟ ਕੋਟਾ ਪਰ ਪੋਸਟਾਂ ਦਾ ਪਰ ਆਪਣੀ ਸਟੇਟਾਂ ਚ ਹੱਕ ਹੈ ਪਰ ਸਕਦੇ ਆ ਰਾਈਟ ਆ ਉਹਨਾਂ ਦਾ ਪਰ ਕੋਟਾ ਲਿਮਟਡ ਹੋਵੇ 10% ਕੋਟਾ ਕਰ ਦੋ ਉਹਨਾਂ ਦਾ 5% ਕਰ ਦੋ ਫੋੜਾ ਰਾਸਤਰੀ ਭਰਤੀ ਹੁੰਦੀ ਹੈ ਤਰਹਾਸਤਾਨ ਦੇ ਵਿੱਚ 5% ਕੋਟਾ ਹੁੰਦਾ ਹੈ 5% ਕੋਟਾ ਕਿਹਦਾ ਪੰਜਾਬ ਦਾ ਨਹੀਂ ਹੁੰਦਾ ਬਾਕੀ ਜਿਹੜੀਆਂ ਆਪਣੀਆਂ 27 ਸਟੇਟਾਂ ਰਹਿ ਗਈਆਂ ਤੇ 9 ਜੁਟੇ ਰਹਿ ਗਏ ਉਹਨਾਂ ਦਾ ਹੁੰਦਾ ਹੈ ਕੋਟਾ 5% ਇਹ ਚ ਕੋਈ ਮਰਜ਼ੀ ਆ ਜਾ ਸਕਦਾਗਾ ਠੀਕ ਹੈ ਉਹ ਚੀਜ਼ ਹੁੰਦੀ ਹੈ ਜਿਹੜਾ ਕੰਮ ਕਰਨ ਵਾਲਾ ਉਹਦਾ ਕਰਦਾ ਨਹੀਂ ਇਹਨਾਂ ਨੇ ਮਾਨ ਸਰਕਾਰ ਨੂੰ ਆਪਾਂ ਕਿਉਂ ਲੈ ਕੇ ਆਏ ਸੀ ਤਾਂ ਲੈ ਕੇ ਆਏ ਸੀ ਕਿ ਭਾਈ ਸਾਹਿਬ ਕੀ ਆਪਾਂ ਕੋਈ ਵਧੀਆ ਕੰਮ ਕਰਨਗੇ ਇਹ ਹੋਰ ਜਿਹੜੀ ਪੋਸਟ ਆਉਂਦੀ ਹੈ ਉਹਦੇ ਵਿੱਚ ਤੁਹਾਨੂੰ ਪਤਾ ਹੈ ਕੀ ਕੁਝ ਹੋ ਰਿਹਾ ਹੈ ਪੰਜਾਬ ਦੇ ਕੈਂਡੀਡੇਟ ਘੱਟ ਸਿਲੈਕਟ ਹੋ ਰਹੇ ਆ ਅਦਰ ਸਟੇਟ ਵਾਲੇ ਕੈਂਡੀਡੇਟ ਜ਼ਿਆਦਾ ਸਿਲੈਕਟ ਹੋ ਰਹੇ ਆ ਤੇ ਕੋਈ ਤੋਕਾਲੀ ਗੱਲ ਠੀਕ ਹੈ ਜਿਹੜੀ ਚੀਜ਼ ਕਰਨ ਨੂੰ ਕਹਿੰਦੇ ਉਹ ਕਰਦੇ ਨਹੀਂ ਹੋਰ ਪਾਸੇ ਤੁਰੇ ਫਿਰਦੇ ਪਤੰਦਰ ਠੀਕ ਹੈ ਇਹ ਸਲੀਵਸ ਰਾਜੇ ਆਲਰੇਡੀ ਥੋੜਾ ਕਵਰ ਹੋ ਚੁੱਕੇ ਆ ਜੇ ਕਬਰੋਂਗ ਦੀ ਕੋਈ ਗੱਲ ਰਹੀ ਹੈਗੀ ਜਿਹੜੀ ਪੰਜਾਬੀ ਲੈਂਗੁਏਜ 'ਚ ਤੁਹਾਡੀ ਕਰ ਰਹੇ ਆਪਾਂ ਠੀਕ ਹੈ ਜਾਂ ਐਪ ਤੇ ਕਰੀ ਹੋਈ ਹੈ ਜਾਂ ਬੇਸਿਕ ਜੀ ਉਹ ਕਰ ਲਓ ਤੇ ਪੰਜਾਬ ਜੀ ਕੀ ਕਰ ਲਓ ਹੋਰੇ ਵਿੱਚ ਡੱਕੇ ਤੰਤਰੀ ਜੇਗਾ ਕੁਝ ਵੀ ਸਲੀਵਸ ਦੇ ਵਿੱਚ ਠੀਕ ਹੈ ਤੇ ਬਾਕੀ ਜੇ ਕੋਈ ਗੱਡੀ ਰ ਪੰਜਾਬ ਪੁਲਿਸ ਦੀ ਪਲੱਸ ਚੰਡੀਗੜ੍ਹ ਪੁਲਿਸ ਦੀ ਵਧੀਆ ਨਾਰਮਲ ਪ੍ਰਾਈਸ ਦੇ ਵਿੱਚ 6 ਮਹੀਨੇ ਵਾਸਤੇ ਤਿਆਰੀ ਕਰਨਾ ਚਾਹੁੰਦਾ 6 ਮਹੀਨੇ ਦਾ ਬੈਚ ਲੈਣਾ ਚਾਹੁੰਦਾ ਬਿਲਕੁਲ ਨਾਰਮਲ ਠੀਕ ਹੈ ਉਹ ਵੀ ਰਾਜ ਲਿਮਟਿਡ ਟਾਈਪ ਦਾ ਹੈਗਾ ਆ ਜਡ ਵੀ ਵੀ ਤੁਸੀਂ ਪਰਚੇਜ਼ ਕਰ ਸਕਦੇ ਉਸ ਤੋਂ ਬਾਅਦ ਕਿਉਂਕਿ ਭਰਤੀ ਆ ਜਾਣੀ ਹੈ ਹਫਤੇ ਦਾ ਦਰ ਇਹ ਤੋਂ ਬਾਅਦ ਇਹ ਪ੍ਰੈਜਾ ਪ੍ਰੈਜਾ ਜਿਹੜੇ ਅਪਡੇਟ ਹੋ ਸਕਦੇ ਆ ਤਾਂ ਫਿਰ ਤੁਸੀਂ ਫਿਰ ਬੱਚੇ ਕਹਿੰਦੇਗੇ ਪ੍ਰੈਜ ਹਾਈ ਹੋ ਗਿਆ ਠੀਕ ਹੈ ਤਾਂ ਲੈ ਸਕਦੇ ਇਹਦੇ ਵਿੱਚ ਤਾਂ ਪੰਜਾਬ ਐਟ ਹਰਿਆਣਾ ਤੇ ਜਿਹੜੀਆਂ ਵਾਕੈਂਸੀਆਂ ਆ ਗਿਆ ਸੀ ਠੀਕ ਹੈ ਹੋਰ ਤੇ ਉਹਦੀ ਵੀ ਤੁਸੀਂ ਤਿਆਰੀ ਕਰ ਸਕਦੇ ਹੋ ਤੇ ਇਹਦੇ ਵਿੱਚ ਚੰਡੀਗੜ੍ਹ ਪੁਲਿਸ ਦੀ ਪੰਜਾਬ ਪੁਲਿਸ ਦੀ ਠੀਕ ਹੈ ਪੀ ਟ੍ਰਿਪਲ ਐਸ ਵੀ ਕਲਰਕ ਵੀਡੀਓ ਸਾਰੀ ਤਿਆਰੀ ਤੁਸੀਂ ਕਰ ਸਕਦੇ ਹੋ ਉਹਦੇ ਬਾਅਦ ਤੁਸੀਂ ਇੱਕ ਐਪ ਡਾਊਨਲੋਡ ਕਰ ਲਈ ਐਪ ਦਾ ਨਾਮ ਹੈਗਾ ਦੀਪ ਭੁੱਲਰ education ara ਠੀਕ ਹੈ ਜਿਹੜਾ ਬੱਚਾ ਕੋਈ ਆਈਫੋਨ ਉੱਤੇ ਐਪ ਡਾਊਨਲੋਡ ਕਰਦੇ ਕਲਾਸ ਪਲੱਸ ਤੇ ORG ਕੋਡ ਫਿਲ ਕਰਦਾ डबल एक्स राईफ जे किसी बच्चे नु कोई कोई की प्रॉब्लम होवे 78 43 85 215 ਤੇ ਮੈਨੂੰ ਕਾਲ ਵੀ ਕਰ ਸਕਦਾ ਠੀਕ ਹੈ ਤਾਂ ਜੇ ਤਾਂ ਸਲੀਪਸ ਬਾਰੇ ਬਈ ਦਾ ਖਬਰ ਉਹਦੀ ਕੋਈ ਹੋਰ ਦੀ ਕੋਈ ਤੰਤ ਨਹੀਂ ਹੈਗਾ ਸਲੀਪਸ ਦੇ ਵਿੱਚ ਉਹੀ ਸਲੀਪਸ ਹੈ ਜਿਹੜਾ ਆਪਾਂ ऑलरेडी ਪੜਿਆ ਹੋਇਆ ਹੈਗਾ ਬਸ ਥੋੜਾ ਜਿਹਾ ਉਹਨੂੰ ਵਧਾ ਚੜਾ ਕੇ ਪੇਸ਼ ਕਰਤਾ ਤੁਹਾਡੇ ਠੀਕ ਹੈ ਤੇ ਆ ਸਲੀਪਸ ਆ ਸਾਰੇ ਦੰਦਾ ਠੀਕ ਹੈ ਜੇ ਕਿਸੇ ਬੱਚੇ ਨੂੰ ਪੀਡੀਐਫ ਚਾਹੀਦੀ ਹੈ ਉਹ ਤੁਹਾਨੂੰ ਮੈ ਟੈਲੀਗ੍ਰਾਮ ਦੇ ਵਿੱਚ ਸੈਂਡ ਕਰ ਦਿੰਦਾ ਸਾਰਿਆਂ ਦੇ ਤੇ ਉੱਥੇ ਡਾਊਨਲੋਡ ਕਰ ਸਕਦੇ ਹੋ ਟੈਲੀਗ੍ਰਾਮ ਦਾ ਲਿੰਕ ਵਿਦੋ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੰਦਾ ਠੀਕ ਹੈ ਜੀ ਧੰਨਵਾਦ ਬਈ ਦੋਸਤੋ